ਜਦੋਂ ਸਬਰ ਦੀ ਗੱਲ ਆਉਂਦੀ ਹੈ ਤਾਂ ਸਬਰ ਪਰਮਾਤਮਾ ਕਰਮਾਂ ਵਾਲਿਆਂ ਨੂੰ ਦਿੰਦਾ, ਤਾਂ ਅਜਿਹੀ ਇੱਕ ਉਦਾਹਰਣ ਹੈ ਚੰਡੀਗੜ੍ਹ ਦੇ 22 ਸੈਕਟਰ ਦੇ ਵਿੱਚ। ਸ਼ੁਰੂਆਤ ਕਿੱਦਾਂ ਹੋਈ, ਪਾਕਿਸਤਾਨ ਤੋਂ ਬਾਅਦ ਭਾਰਤ ਪਹੁੰਚੇ ਔਰ ਚੰਡੀਗੜ੍ਹ ਕਿਵੇਂ ਆਏ ਫਿਰ? ਜੇ ਸ਼ਾਦੀ ਹੋਈ, ਸ਼ਾਦੀ ਵਾਲਾ ਆਦਮੀ ਇੱਥੇ ਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਵੈੱਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ। ਜਿਹੜਾ ਪਾਣੀ ਲੱਗਿਆ ਸਾਡੇ ਪਿੰਡ ਨੂੰ, ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਹਾਂ। ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ, ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਅਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ, ਜਿਸ ਕਰਕੇ ਪਾਣੀ ਦਾ ਲੈਵਲ ਵੀ ਠੀਕ ਰਿਹਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬੱਚਤ ਵੀ ਹੋ ਗਈ, ਜਿਸ ਦੇ ਅਸੀਂ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ। ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ। ਜਿਹੜੀ ਇਹ ਭਗਵੰਤ ਮਾਨ ਨੇ ਸੂਏ ਪੱਕੇ ਕਰੇ, ਖਾਲਾ ਪੱਕੇ ਹੋਏ ਨੇ, ਪੈਪ ਦੱਬੇ ਨੇ, ਇਹਨਾਂ ਦਾ ਸਾਨੂੰ ਬਹੁਤ ਬੜਾ ਬੈਨੀਫਿਟ ਆ। ਪਹਿਲਾਂ ਪਾਣੀ ਨਹੀਂ ਤੀ ਜਾਂਦਾ ਸੀ ਸਿਰੇ, ਇਹ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ, ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ। ਕਹਿਣ ਦਾ ਭਾਵ ਜਦੋਂ ਦਾ ਇਹ ਪੱਕਾ ਹੋਇਆ ਹੀ, ਪੈਪ ਦੱਬੇ ਗਏ ਨੇ, ਉਦਣ ਦਾ ਸਾਰੇ ਖੇਤਾਂ ਨੂੰ ਪਾਣੀ 100-200-250 ਕਿੱਲੇ ਤੱਕ ਪਾਣੀ ਜਾਣ ਲੱਗ ਗਿਆ ਜੀ, ਜਿੱਦਣ ਦੇ ਪੈਪ ਦੱਬੇ ਨੇ। ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ, ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ। ਫਸਲਾਂ ਦੀ ਸਿੰਚਾਈ ਲਈ 14,103 ਖਾਲਾਂ ਦੇ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ, ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਸਮਾਂ ਹੋ ਗਿਆ ਮਾਤਾ ਜੀ ਭਾਂਡੇ ਕਲੀ ਕਰਦੇ ਹਾਂ ਇੱਥੇ? 31 ਸਾਲ ਮੈਨ ਹੋ ਗਏ, 9 ਸਾਲ ਆਦਮੀ ਨਾਲ 40 ਸਾਲ। ਜਿੱਥੇ ਇੱਕ 90 ਸਾਲਾਂ ਔਰਤ ਸਤਵੰਤ ਕੌਰ ਜੋ ਕਿ ਪਿਛਲੇ 35-40 ਸਾਲ ਤੋਂ ਇਸੇ ਤਰ੍ਹਾਂ ਵਿਰਾਸਤ ਸਾਂਭ ਰਹੀ ਹੈ। ਬੱਚੇ ਮਾਤਾ ਜੀ ਫਿਰ ਕੋਈ ਹੈ ਨਹੀਂ ਤੁਹਾਡੇ ਨਾਲ ਸਾਥ ਦੇਣ ਵਾਲੇ? ਆਪਾਂ ਤਾਂ ਰੋਟੀ ਕਮਾ ਕੇ ਖਾ ਲੈਂਦੇ ਹਾਂ ਤੇ ਉਹ ਆਪ ਦੁਖੀ ਨੇ। ਜਦੋਂ ਸਬਰ ਦੀ ਗੱਲ ਆਉਂਦੀ ਹੈ ਤਾਂ ਸਬਰ ਪਰਮਾਤਮਾ ਕਰਮਾਂ ਵਾਲਿਆਂ ਨੂੰ ਦਿੰਦਾ, ਤਾਂ ਅਜਿਹੀ ਇੱਕ ਉਦਾਹਰਣ ਹੈ ਚੰਡੀਗੜ੍ਹ ਦੇ 22 ਸੈਕਟਰ ਦੇ ਵਿੱਚ, ਜਿੱਥੇ ਇੱਕ ਲਗਭਗ 90 ਸਾਲਾਂ ਔਰਤ ਸਤਵੰਤ ਕੌਰ ਜੋ ਕਿ ਪਿਛਲੇ 35-40 ਸਾਲ ਤੋਂ ਇਸੇ ਤਰ੍ਹਾਂ ਵਿਰਾਸਤ ਸਾਂਭ ਰਹੀ ਹੈ। ਪਾਕਿਸਤਾਨ ਤੋਂ ਬਾਅਦ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਭਾਰਤ ਪਹੁੰਚੀ ਹੈ ਸਤਵੰਤ ਕੌਰ, ਚੰਡੀਗੜ੍ਹ ਡੇਰੇ ਲਾਏ, ਉਸ ਤੋਂ ਬਾਅਦ ਕਿਸ ਹਿਸਾਬ ਦੇ ਨਾਲ ਦੁੱਖ ਜਿਹੜੇ ਨੇ ਝੱਲੇ ਔਰ ਫਿਰ ਵੀ ਚੰਡੀਗੜ੍ਹ ਦੇ 22 ਸੈਕਟਰ 'ਚ ਭਾਂਡੇ ਕਲੀ ਕਰ ਰਹੇ ਨੇ, ਗੱਲਬਾਤ ਕਰਦੇ ਹਾਂ। ਮਾਤਾ ਜੀ ਸ਼ੁਰੂਆਤ ਕਿੱਦਾਂ ਹੋਈ, ਪਾਕਿਸਤਾਨ ਤੋਂ ਬਾਅਦ ਭਾਰਤ ਪਹੁੰਚੇ ਔਰ ਚੰਡੀਗੜ੍ਹ ਕਿਵੇਂ ਆਏ ਫਿਰ? ਜੇ ਸ਼ਾਦੀ ਹੋਈ, ਸ਼ਾਦੀ ਵਾਲਾ ਆਦਮੀ ਇੱਥੇ ਦਾ ਹੈ, ਉਹ ਇੱਥੇ ਰਹਿੰਦਾ ਹੈ ਚੰਡੀਗੜ੍ਹ। ਹੁਣ ਉਮਰ ਹੋ ਗਈ, ਇੱਥੇ ਕਿੰਨਾ ਸਮਾਂ ਹੋ ਗਿਆ ਮਾਤਾ ਜੀ ਇਹ ਭਾਂਡੇ ਕਲੀ ਕਰਦੇ ਨੂੰ? ਇੱਥੇ 31 ਸਾਲ ਮੈਨ ਹੋ ਗਏ, 9 ਸਾਲ ਆਦਮੀ ਨਾਲ 40 ਸਾਲ ਹੋ ਗਏ। ਆਦਮੀ ਦੀ ਡੈਥ ਹੋ ਗਈ ਸੀ 31 ਸਾਲ ਪਹਿਲਾਂ। ਬੱਚੇ ਮਾਤਾ ਜੀ ਫਿਰ ਕੋਈ ਹੈ ਨਹੀਂ ਤੁਹਾਡੇ ਨਾਲ ਸਾਥ ਦੇਣ ਵਾਲੇ? ਕੁੜੀਆਂ 6। ਕੁੜੀਆਂ ਕਿੱਥੇ ਰਹਿੰਦੀਆਂ ਫਿਰ? 2 ਫਗਵਾੜੇ, 2 ਫਰੀਦਕੋਟ, 1 ਲੁਧਿਆਣੇ, 2 ਜਮਨਲ ਮੀਦੇ ਪਿੰਡ ਵਿੱਚ। ਮਾਤਾ ਜੀ ਇੱਥੇ ਉਹ ਤੁਹਾਡੀ ਸਾਰ ਲੈਣ ਆਉਂਦੀਆਂ ਜਾਂ ਉਹਨਾਂ ਨੇ ਕਹਿਣ ਵੀ ਤੁਹਾਨੂੰ ਨਾਲ ਹੀ ਲੈ ਚੱਲਦੇ? ਆਪ ਦੁਖੀ ਨੇ, ਉਹਨਾਂ ਦਾ ਘਰਿਆਲਾ ਕੋਈ ਨਹੀਂ, ਉਹ ਆਪ ਦੁਖੀ ਨੇ, ਉਹ ਕੀ ਕਰਨ ਦਿੰਦੇ? ਆਪਾਂ ਤਾਂ ਰੋਟੀ ਕਮਾ ਕੇ ਖਾ ਲੈਂਦੇ ਹਾਂ ਅਤੇ ਉਹ ਆਪ ਦੁਖੀ ਨੇ। ਖੁਦ ਹੀ ਕਰਦੇ ਹੋ ਇਕੱਲੇ ਹੀ ਭਾਂਡੇ ਕਲੀ? ਕਲੀ ਆਪ ਕਰਦੇ ਹਾਂ, ਇੱਥੇ 2 ਮਹੀਨੇ ਹੋ ਗਏ ਨੇ ਕਰਾਉਂਦਾ, ਮੇਰੇ ਕੋਲ ਬੈਠਾ ਨਹੀਂ ਜਾਂਦਾ, ਐਕਸੀਡੈਂਟ ਹੋਏ।
ਆਦਮੀ ਨਾਲ ਬੈਠ ਰਹੀ 9 ਸਾਲ 9 ਸਾਲ ਆਦਮੀ ਨਾਲ ਬੈਠ ਰਹੀ ਕੋਈ ਜੱਦੀ ਨਾ ਵਿਆਹ ਹੋਇਆ ਇਹ ਪਿੱਤਲ ਦੇ ਕਾਰਖਾਨੇ ਭਾਂਡੇ ਬਣਦੇ ਨਾ ਜਗਾਦਰੀ ਆਦਮੀ ਉਹ ਕੰਮ ਕਰਦਾ ਚੱਕਿਆਂ ਦਾ ਐ ਪਤੀਲੇ ਬਣਾਉਂਦਾ ਕੌੜੀਆਂ ਬਣਾਉਂਦਾ ਉੱਥੇ ਇੱਥੇ ਆਇਆ ਤਾਂ ਵਾਸਤੇ ਲੱਗਾ ਕੰਮ ਉਮਰ ਤੁਹਾਡੀ ਵੀ ਕਾਫੀ ਹੋ ਗਈ ਹੈ ਲਗਭਗ 90 ਸਾਲ ਜਿਵੇਂ ਦੱਸ ਰਹੇ ਹੋ ਤੁਸੀਂ ਸੋ ਔਖ ਨਹੀਂ ਹੁੰਦੀ ਕੰਮ ਕਰਨ ਲੱਗਿਆ ਫਿਰ ਕਿ ਮਿਹਨਤ ਕਰਨੀ ਹੋਈ ਹੈ ਸਬਰ ਆ ਰੋਟੀ ਤਾਂ ਖਾਣੀ ਕੌਣ ਕਿਤੇ ਬੂਤ ਮੰਗ ਮਿਹਨਤ ਫਾਂਡੇ ਮਾਇਨੇ ਨਾਲੋ ਹੇਠ ਲੋਕਾਂ ਦੇ ਘਰ ਦਰ ਦਰ ਫਾਂਡੇ ਮਾਇਨੇ ਠੀਕ ਮਤਲਬ ਜਦੋਂ ਪਾਕਿਸਤਾਨ ਤੋਂ ਆਏ ਤਾਂ ਫਿਰ ਉਸ ਤੋਂ ਬਾਅਦ ਕਿੱਥੇ ਰੁਕੇ ਸੀ ਭਾਰਤ 'ਚ ਇਹ ਸਾਨੂੰ ਨਹੀਂ ਪਤਾ ਮੈਂ ਸਾਲ ਦੀ ਆਸ ਕਿੱਥੇ ਰੁਕੇ ਨੇ ਕਿੱਥੇ ਨਹੀਂ ਰੁਕੇ ਵਿਆਹ ਹੋਇਆ ਮੁਸਤਾਬਾਦ ਇਹ ਬੁੜੀਏ ਪਿੰਡ ਵਿੱਚ ਆਏ ਬਿਲਕੁਲ ਜਿਵੇਂ ਤਸਵੀਰਾਂ 'ਚ ਵੇਖੋ ਕਿਵੇਂ ਜਿਹੜੇ ਮਾਤਾ ਜੀ ਨੇ ਉਹ ਭਾਂਡੇ ਤਾਂ ਕਲੀ ਕਰ ਰਹੇ ਨੇ ਨਾਲ ਦੀ ਨਾਲ ਜਿਹੜੇ ਮਿਹਨਤ ਕਰਨ ਵਾਲੇ ਜਾਂ ਕਹਿ ਲਈ ਵੀ ਮਦਦ ਕਰਨ ਵਾਲੇ ਲੋਕ ਜਿਹੜੇ ਨੇ ਨਾਲ ਜੁੜਦੇ ਨੇ ਉਹ ਸਾਥ ਦਿੰਦੇ ਨੇ ਕਿਉਂਕਿ ਲਗਭਗ 90 ਸਾਲ ਦੀ ਜਿਹੜੀ ਉਮਰ ਹੈ ਉਸ ਦੇ ਵਿੱਚ ਇਹ ਸਾਰਾ ਕੁਛ ਕਰਨਾ ਜਿਹੜਾ ਕਿਤਨਾ ਕਿਤੇ ਔਖਾ ਹੁੰਦਾ ਹੈ ਸੋ ਇੱਕ ਪਾਸੇ ਪਹਿਲਾਂ ਤੋਂ ਹੀ ਭਾਂਡੇ ਕਲੀ ਕਰਨ ਦਾ ਜਿਹੜਾ ਵਿਰਸਾ ਸੀਗਾ ਲੈਗਸੀ ਸੀ ਜਿਹੜੀ ਪੰਜਾਬ ਦੀ ਔਰ ਪਾਕਿਸਤਾਨ ਦੀ ਸੋ ਉਹ ਕਿਵੇਂ ਜਿਹੜੀ ਹੈਗੀ ਆ ਉਸਨੂੰ ਸਾਂਭ ਕੇ ਰੱਖਿਆ ਦੂਸਰੇ ਪਾਸੇ ਇੱਕ ਰਾਜੇਸ਼ਵਰ ਕੁਮਾਰ ਜਿਹੜੇ ਨੇ ਉਹ ਮਦਦ ਕਰ ਰਹੇ ਨੇ ਇੱਕ ਹੋਰ ਸੰਗੀ ਸਾਥੀ ਜਿਹੜੇ ਲਾਗਲੀ ਦੁਕਾਨ ਚਲਾਉਂਦੇ ਸੀ ਔਰ ਮੁੱਢ ਤੋਂ ਹੀ ਇਹਨਾਂ ਨੂੰ ਜਾਣਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਕੀ ਹੈ ਤੁਹਾਡਾ ਜੀ ਨਾਜ਼ਰ ਸਿੰਘ ਹੈ ਜੀ ਸੋ ਤੁਸੀਂ ਜਦੋਂ ਤੋਂ ਦੇਖਦੇ ਆਏ ਉਸ ਹਾਲਾਤ ਕਿੱਦਾਂ ਦੇ ਸੀਗੇ ਸ਼ੁਰੂਆਤ ਦੇ ਵਿੱਚ ਇਸ ਤਰ੍ਹਾਂ ਹੀ ਦੁਕਾਨ ਲਗਾਉਂਦੇ ਸੀ ਔਰ ਜਦੋਂ ਇਹਨਾਂ ਦੇ ਹਸਬੈਂਡ ਸ਼ੁਰੂ ਤੋਂ ਇਸ ਤਰ੍ਹਾਂ ਹੀ ਹਸਬੈਂਡ ਇਹਨਾਂ ਦਾ ਕੰਮ ਕਰਦਾ ਸੀਗਾ ਜੀ ਉਹਨਾਂ ਦੀ ਵਿਚਾਰੇ ਉਹ ਵੀ ਬਜ਼ੁਰਗ ਹੋ ਗਏ ਸੀ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਫਿਰ ਕੋਈ ਕਮਾਉਣ ਵਾਲਾ ਨਹੀਂ ਕੋਈ ਨਾਲ ਲੱਗਣ ਵਾਲਾ ਕੋਈ ਹੈ ਨਹੀਂ ਜਦ ਤੋਂ ਫਿਰ ਵਿਚਾਰੇ ਇਕੱਲੇ ਹੀ ਲੱਗ ਰਹੇ ਹੈ ਕੁਛ ਆਉਂਦੇ ਆ ਬਿਮਾਰ ਸਮਾਰ ਹੋ ਜਾਂਦੇ ਆ ਛੁੱਟੀਆਂ ਵੀ ਕਰ ਲੈਂਦੇ ਫਿਰ ਨਹੀਂ ਆਉਣ ਦਾ ਟਾਈਮ ਲੱਗਦਾ ਤਾਂ ਫਿਰ ਮਹੀਨਾ ਮਹੀਨਾ 20-20 ਦਿਨ ਘਰ ਵੀ ਰਹਿੰਦੀ ਹੈ ਇਕੱਲੀ ਵਿਚਾਰੀ ਫਿਰ ਨਹੀਂ ਸਰਦਾ ਜਦ ਰੋਟੀ ਵੀ ਨਹੀਂ ਮਿਲੇਗੀ ਤਾਂ ਫਿਰ ਆਉਣਾ ਤਾਂ ਪੈਂਦਾ ਹੀ ਹੈ ਦੇਖੋ ਚਾਹੇ ਬਜ਼ੁਰਗ ਹੈ ਨਾਲ ਜਿਹੜੇ ਰਾਜੇਸ਼ਵਰ ਕੁਮਾਰ ਨੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਹੈਗੀ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਰਾਜੇਸ਼ਵਰ ਜੀ ਤੁਸੀਂ ਕਿੰਨੇ ਸਮੇਂ ਤੋਂ ਨਾਲ ਮਾਤਾ ਜੀ ਦੇ ਕੰਮ ਕਰਾ ਰਹੇ ਹੋ ਮੇਰੇ 2 ਸਾਲ ਹੋ ਗਏ ਤੁਸੀਂ ਪਹਿਲਾਂ ਕਿਹੜਾ ਕੰਮ ਕਰਦੇ ਸੀ ਔਰ ਉਸ ਤੋਂ ਬਾਅਦ ਇੱਥੇ ਹੀ ਪੱਕੇ ਇਹਨਾਂ ਦੇ ਜੁੱਤੇ ਚੱਪਲ ਦਾ ਕੰਮ ਕਰਦਾ ਸੀ ਪਹਿਲੇ ਸਾਹਮਣੇ ਮੇਰੀ ਦੁਕਾਨ ਸੀ ਇੱਥੇ ਫਿਰ ਹੁਣ ਮਤਲਬ ਮਦਦ ਕਰਦੇ ਹੋ ਕਿਵੇਂ ਦਾ ਮਹਿਸੂਸ ਹੁੰਦਾ ਕਿਉਂਕਿ ਸਬਰ ਹੈ ਪੂਰਾ ਮਾਤਾ ਜੀ ਵਿੱਚ ਤੁਸੀਂ ਵੀ ਨਾਲ ਕੰਮ ਕਰਾ ਰਹੇ ਹੋ ਹਾਂ ਜੀ ਬਿਲਕੁਲ ਸਬਰ ਹੈ ਸਭ ਤੋਂ ਪਹਿਲਾਂ ਦੱਸਦੀ ਵੀ ਜਿਸ ਤਰੀਕੇ ਦਾ ਹਾਲਾਤ ਨੇ ਔਰ ਜਿਹੜਾ ਵੀ ਕੋਈ ਲੋੜਵੰਦ ਜਿਹੜਾ ਹੈਗਾ ਉਹ ਮਦਦ ਕਰਨ ਦੇ ਲਈ ਆਉਣਾ ਚਾਹੁੰਦਾ ਕੋਈ ਸੁਸਾਇਟੀਆਂ ਨੇ ਕੋਈ ਸਮਾਜ ਸੇਵੀ ਸੁਸਾਇਟੀਆਂ ਨੇ ਉਹ ਇੱਕ ਵਾਰ ਲੋਕੇਸ਼ਨ ਜ਼ਰੂਰ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਦਿਖਾਵੇਗਾ ਕਿ ਇਹ ਸ਼ਿਸ਼ੂ ਨਿਕੇਤਨ ਸਕੂਲ ਹੈ 22 ਸੈਕਟਰ ਦਾ ਔਰ ਉਹਦੇ ਬਿਲਕੁਲ ਸਾਹਮਣੇ ਨੇ ਇੱਕ ਨਿੰਮ ਦਾ ਦਰਖਤ ਹੈ ਔਰ ਉਹਦੇ ਥੱਲੇ ਮਾਤਾ ਜੀ ਬੈਠ ਕੇ ਆਪਣਾ ਇਹ ਭਾਂਡੇ ਕਲੀ ਕਰਨ ਦਾ ਕੰਮ ਕਰਦੇ ਨੇ ਲੇਕਿਨ ਉਸ ਦੇ ਵਿੱਚ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਿਹੜਾ ਮਾਤਾ ਜੀ ਵੱਲੋਂ ਜਿਸ ਤਰੀਕੇ ਦਾ ਕਹਿਣਾ ਹੈ ਵੀ ਕੋਈ ਵੀ ਮਦਦ ਜਿਹੜੀ ਉਹ ਨਹੀਂ ਮਿਲਦੀ ਲੇਕਿਨ ਚੰਡੀਗੜ੍ਹ ਦੇ ਵਿੱਚ ਕੰਮ ਕਰਨ ਤੋਂ ਉਪਰੰਤ ਕਿਵੇਂ ਇਹ ਸਾਰਾ ਕੁਝ ਜਿਹੜਾ ਉਜੜਿਆ ਘਰ ਵਾਲੇ ਦੀ ਮੌਤ ਹੋਈ ਹੈ ਔਰ ਉਸ ਤੋਂ ਬਾਅਦ ਜਿਹੜੀਆਂ 6 ਕੁੜੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਵੀ 4 ਜਿਹੜੀਆਂ ਨੇ ਉਹ ਵਿਧਵਾ ਨੇ ਸੋ ਕਿਤਨਾ ਕਿਤੇ ਸਬਰ ਜਦੋਂ ਪਰਮਾਤਮਾ ਦਿੰਦਾ ਹੈ ਤਾਂ ਸਬਰ ਦੇ ਵਿੱਚ ਰਹਿ ਕੇ ਮਾਤਾ ਜੀ ਫਿਰ ਵੀ ਮਿਹਨਤ ਕਰ ਰਹੇ ਨੇ ਔਰ ਆਪਣੀ ਮਿਹਨਤ ਨੂੰ ਕਿਵੇਂ ਅੱਗੇ ਲਿਜਾਉਣਾ ਹੈ ਉਹ ਇਹ ਬੜੀ ਵੱਡੀ ਸਿੱਖ ਜਿਹੜੀ ਹੈ ਉਹ
ਇਹਨਾਂ ਕੋਲ ਮਿਲ ਰਹੀ ਹੈ। ਸੋ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਜ਼ਰੂਰ ਇਹਨਾਂ ਦਾ ਜਿਹੜਾ ਮਸਲਾ ਹੈ ਉਸ ਨੂੰ ਹੱਲ ਕੀਤਾ ਜਾਵੇ, ਔਰ ਲਾਗਲੇ ਦੁਕਾਨਦਾਰ ਜਿਹੜੇ ਨੇ ਉਹ ਵੀ ਇਹੀ ਮੰਗ ਕਰਦੇ ਆ। ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕਾਂਗ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।